ਅੱਜ 21 ਜੂਨ ਹੈ ਫਾਦਰਜ਼ਡੇ ਤੇ ਮਹਿਕਰ ਵਿੱਚ ਇਕੱਲਾ ਹਾਂ 2 ਸਾਲ ਪਹਿਲਾਂ ਤੁਨ ਹਾਲਿਸ ਹੈ ਕਿਵੇਂ ਸਾਡਾ ਪੁੱਤ ਮੇਰੇ ਲਈ ਕੇਕ ਲੈ ਕੇ ਆਇਆ ਸੀ ਅਸੀਂ ਇਕੱਠਿਆਂ ਕੇਕ ਕੱਟਿਆ ਸੀ ਤੁਸੀਂ ਸਾਰਿਆਂ ਨੇ ਮੈਨੂੰ ਵਿਸ਼ ਕੀਤਾ ਅਸੀਂ ਕਿੰਨੇ ਖੁਸ਼ ਸੀ ਪਰ ਹੁਣ ਖੜਕੇ ਆਪਣੇ ਕੰਮ ਖਾ ਚੈਨਾ ਬਿਜ਼ੀ ਕਿ ਰਿਸ਼ਤੇ ਨਾਤੇ ਭੁੱਲ ਗਏ ਪਰ ਨਹੀਂ ਮੇਰਾ ਪੁੱਤਰ ਮੈਨੂੰ ਫਾਦਰਸ ਦਿਹ ਦੀ ਵਿਸ਼ ਕਰਨ ਜ਼ਰੂਰ ਆਏਗਾ ਮੇਰਾ ਪੁੱਤਰ ਕਹੋ ਆ ਗਿਆ ਮੇਰਾ ਪੁੱਤਰ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਸੀ ਪੁੱਤਰ ਅੱਛਾ ਪੁਨੂ ਐ ਮੈਂ ਪਛਾਣ ਲਿਆ ਪੁੱਤਰ ਉਹ ਤੇਰੇ ਵਿਣਾ ਮੇਰਾ ਹੈ ਹੀ ਕੌਣ ਮੈਂ ਕੁਝ ਨਹੀਂ ਲੱਗਦੀ ਹਾਂ ਮੰਨੂ ਆ ਮੈਂ ਸੌਰੀ ਹੈਪੀ ਫਾਦਰਸਡੇ ਡੈਡ ਥੈਂਕ ਯੂ ਵੈਸੇ ਕਿਹਦੇ ਨਾਲ ਗੱਲਾਂ ਕਰ ਰਹੀ ਸੀ ਕਿਸੇ ਨਾਲ ਕਰਨੀਆਂ ਪੁੱਤਰ ਘਰ ਵਿੱਚ ਹੈ ਹੀ ਕੌਣ ਇੱਕ ਤੇਰੀ ਮਾਂ ਤੇ ਜਾਂ ਫਿਰ ਆਪਣੇ ਆਪ ਕੁੜੀਆਂ ਵੀ ਨਾ ਸਤਪਣੀ ਵਾਂਗ ਹੁੰਦੀਆਂ ਜਿੰਨਾ ਮਰਜ਼ੀ ਕਰ ਲੋ ਕੋਈ ਵੈਲਿਊ ਨਹੀਂ ਪੈਂਦੀ ਨਹੀਂ ਪੁੱਤ ਬਸ ਉਦੋਂ ਯਾਦ ਆਉਂਦੀ ਏ ਜਦੋਂ ਕੋਈ ਟਾਇਰ ਖਰਾਬ ਹੋ ਜਾਵੇ ਨਹੀਂ ਤੇ ਬਸ ਇਦਾਂ ਹੀ ਯਾਦਾਂ ਦੇ ਡਿੱਗੇ ਵਿੱਚ ਛੁੱਟੀਆਂ ਰਹਿੰਦੀਆਂ ਨੇ ਪੰਨੂ ਕਿਉਂ ਨਹੀਂ ਆਇਆ ਪੁੱਤਰ ਡੈਡ ਉਹ ਬਿਜ਼ੀ ਸੀ ਆਪਣੀ ਵੈਬ ਸੀਰੀਜ਼ ਵੇਖਣ ਵਿੱਚ ਹਾਂ ਹਾਂ ਭਾਈ ਵੱਡਾ ਜੋ ਹੋ ਗਿਆ ਹੁਣ ਕਿਦੇ ਹੱਥ ਆਂਦਾ ਏ ਉਹ ਡੈਡ ਕੰਮ ਵਾਲੀ ਨਹੀਂ ਆਈ ਅਜੇ ਤੱਕ ਕਿੰਨਾ ਖਲਾਰਾ ਪਾ ਕੇ ਰੱਖਿਆ ਤੁਸੀਂ ਆਈ ਸੀ ਪੁੱਤਰ ਮੈਂ ਉਹਨੂੰ ਭੇਜ ਦਿੱਤਾ ਜਾ ਤੂੰ ਵੀ ਆਪਣੇ ਬੁੱਢੇ ਪਿਓ ਨੂੰ ਮਿਲਿਆ ਫਾਦਰਸ ਦੇਚ ਹੋਇਆ ਹਾਂ ਤੇ ਪਰ ਕੰਮ ਕਰਵਾ ਕੇ ਉਹਨੂੰ ਭੇਜ ਦਿੰਦੇ ਨਾ ਤੂੰ ਛੱਡ ਪੁੱਤਰ ਤੂੰ ਮੇਰੇ ਨਾਲ ਆ ਕੇ ਗੱਲਾਂ ਕਰ ਦੱਸੋ ਇਹ ਇੱਥੇ ਬੈਠ ਲਓ ਡੈਡ ਦੱਸੋ ਪੁੱਤ ਨੂੰ ਫੇਰ ਨਹੀਂ ਆਇਆ ਇਸ ਵਾਰ ਡੈਡ ਤੁਸੀਂ ਵੀ ਤਾਂ ਹਰ ਵਾਰੀ ਉਹਨੂੰ ਗਿਫਟ ਭੇਜ ਦਿੰਦੇ ਹੋ ਉਹ ਖੁਸ਼ ਹੋ ਜਾਂਦਾ ਉਹਨੂੰ ਕੀ ਲੋੜ ਐ ਆਉਣ ਦੀ ਪੁੱਤ ਮੈਂ ਵੀ ਤਾਂ ਖੁਸ਼ ਹੋਣਾ ਚਾਹੁੰਨਾ ਮੈਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਡੈਡ ਤੂੰ ਤਾਂ ਮੇਰੀ ਪੁੱਤਾਂ ਵਰਗੀ ਧੀ ਏ ਪੁੱਤਾਂ ਵਰਗੀ ਧੀ ਪੁੱਤਾਂ ਵਰਗੀ ਕਿਉਂ ਰਹਿਣ ਦੋ ਮੈਂ ਕੇਕ ਲੈ ਕੇ ਆਉਂਦੀ ਹਾਂ ਕਮਲੀ ਨਾ ਹੋਏ ਤੇ ਸਪੈਸ਼ਲ ਕੇਕ ਮੇਰੇ ਡੈਡਾ ਪੁੱਤਰ ਮੈਨੂੰ ਤੇਰੇ ਤੇ ਮਾਨ ਹੈ ਹੈਪੀ ਫਾਦਰਸ ਡੇ ਮਾਈ ਡੀਅਰ ਡੈਡਾ ਆਹ ਕਿ ਪੁੱਤਰ ਮੈਂ ਪੁੰਨ ਨੂੰ ਕੋਈ ਗਿਫਟ ਨਹੀਂ ਭੇਜਣਾ ਠੀਕ ਹੈ ਬਸ ਤੂੰ ਐ ਉਸ ਨੂੰ ਦੇ ਦੇ ਉਹ ਇਹਨੂੰ ਲੈ ਕੇ ਮੈਨੂੰ ਮਿਲਣ ਜ਼ਰੂਰ ਆਏਗਾ ਇਹਦੇ ਚ ਕੀ ਹੈ ਡੈਡ ਬੇਟੇ ਇਹਨੂੰ ਖੋਲ ਨਾ ਬਸ ਤੂੰ ਉਸ ਨੂੰ ਦੇ ਦੇਵੇਂ ਤੁਸੀਂ ਨਾਨਾ ਦੋਤਾ ਵੀ ਨਾ ਪਤਾ ਨਹੀਂ ਕਿਹੜੀਆਂ ਖੇਡਾਂ ਖੇਡਦੇ ਰਹਿੰਦੇ ਹੋ ਐਂਡ ਥਿਸ ਇਜ਼ ਫॉर ਯੂ ਡੈਡ ਥੈਂਕ ਯੂ ਮਾਈ ਡੀਅਰ ਆ ਵੀ ਲੋ ਤੁਹਾਡੇ ਫੇਵਰਿਟ ਕਲਰ ਦੀ ਬਾਸਕਟ ਮੈਨੂੰ ਹੁਣੇ ਪਾ ਕੇ ਆਣਾ ਫਿਰ ਮੈਂ ਵੀ ਆਫਿਸ ਜਾਣਾ ਹੋਣਾ ਆ इधर तेन क्या सी ना मेरा पुत्र जरूर आएगा आया और मेरे वास्ते गिफ्ट लेके आया वास्कट मेरे पसंदीदा डिजाइनर बबल को किदा लगता बोल दे <laughs> स्मार्ट चल फिर एक सेल्फी हो जाए <laughs> सेल्फी सेल्फी तो मेरे बिना हो सकती पापा ਓਹ ਜੱਮਈ ਚਲੋ ਰੁਕੋ ਮੈਂ ਖਿਚਦੀ ਮਮਾ ਨੂੰ ਵਿੱਚ ਲਿਆਓ ਏ ਪਾਪਾ ਕੀ ਹੋਇਆ ਟੈਗ ਤਾਂ ਲਾ ਲਿਆ ਕਰੋ ਯਾਰ ਤੇਰਾ ਭਰਾ ਓਕੇ ਅ ਏ ਆ ਓਕੇ ਪਾਪਾ ਮੈਂ ਚਲਦੀ ਹਾਂ ਠੀਕ ਹੈ ਬੇਟੇ ਪਰ ਪੁੰਨੂ ਨੂੰ ਲਿਫਾਫਾ ਦੇ ਦੇ ਪੱਕਾ ਪਪਾ ਜ਼ਰੂਰ ਦੇ ਦਵਾਂਗੀ ਵੇਖੀ ਉਹ ਲਿਫਾਫਾ ਲੈ ਕੇ ਮੈਨੂੰ ਮਿਲਨ ਜ਼ਰੂਰ ਆਏਗਾ ਰੀਅਲੀ ਠੀਕ ਹੈ acha papa ਤੁਸੀਂ ਉਹਨ ਟਾਈਮ ਤੇ ਦਵਾਈ ਖਾ ਲੈਣਾ ਠੀਕ ਹੈ ওকে ਹੈਪੀ ਫਾਦਰਸਡੇ ਪਪਾ ਉਹ ਲਿਫਾਫਾ ਦੇ ਦੇਈ ਹਾਂ ਪਪਾ ਪੱਕਾ ਦੇ ਦਵਾਂਗੀ ਕਿਸੇ ਕੋ ਟਾਈਮ ਹੀ ਨਹੀਂ ਸਭ ਕਿਸੇ ਨੇ ਖੁਸ਼ ਰਵ ਸੋਰੀ आ गया आ, मेरा पुत्र आ गया ओ ओ नानू यार आ की है व्हाट इज दिस तू अंदर से या। आ ओ यार मेरे ऑनलाइन क्लास चल रहे थे क्लास छोड़ तू आ की तू आप ही दस की है चेक हां पुत्र तू वड्डा हो गया है ना छोटे-मोटे तैनू गिफ्ट पसंद नहीं आंदे ते मैं सोचा तैनू चेक ही दे देने हैं। ਆਪਣੀ ਮਰਜ਼ੀ ਦਾ ਕੋਈ ਗਿਫਟ ਖਰੀਦ ਲੇਗਾ ਉਹ ਨਾਨੂ ਚੈੱਕ ਤੇ ਸਾਈਨ ਤੇ ਕਰ ਦਿੰਦੇ ਉਹ ਤੇਰੀ ਓਏ ਆ ਜਾ ਪੁੱਤਰ ਬਹਿ ਜਾ ਮੇਰੇ ਕੋਲ ਉਹ ਨਹੀਂ ਨਹੀਂ ਬਹਿਣਾ ਨਹੀਂ ਆ ਮੈਂ ਜਾਣਾ ਵੀ ਮੈਨੂੰ ਜਲਦੀ ਜਲਦੀ ਕਰੋ ਪੁੱਤਰ ਮੈਂ ਸਾਈਨ ਇਸ ਕਰਕੇ ਨਹੀਂ ਸੀ ਕੀਤੇ ਕਿ ਤੂੰ ਸਾਈਨ ਕਰਾਂ ਤਾਂ ਮੇਰੇ ਕੋ ਆਏਗਾ ਓਹੋ ਅਰੇ ਐਸੇ ਬਾਨੇ ਮੈਂ ਤੈਨੂੰ ਮਿਲ ਵੀ ਲਾਂਗਾ ਨਾਨੂ ਤੁਸੀਂ ਮੇਰੇ ਅਕਾਊਂਟ 'ਚ ਪਾ ਦਿੰਦੇ ਤੁਸੀਂ ਤਾਂ ਮੇਰਾ ਆਨਲਾਈਨ ਅਕਾਊਂਟ ਖੁਲਵਾਇਆ ਇਹ ਆ ਫੜੋ ਇੱਥੇ ਸਾਈਨ ਕਰੋ ਮੈਂ ਜਾਣਾ ਵੀ ਆ ਆਨਲਾਈਨ ਸਭ ਕੁਝ ਆਨਲਾਈਨ ਹੋ ਗਿਆ ਮਿਲਣਾ ਗੱਲਾਂ ਖਰੀਦੋ ਫਰੋਖ सब कुछ ऑल लाइक पर दिलो दी तड़का नु खट्टा नि छू आंखां दी चमक फूलਾਂ दी खुशबू बुलਾਂ दी मुस्कुराहट ए सब कुछ ऑल लाइक कैसे शेयर ਕੀਤਾ ਜਾ ਸਕਦਾ ਹੈ चलावे क्या नहीं ਅੱਖਿਆ ਨਾਨੂ ਮੈਂ ਆਪਣੀ ਇੱਕ ਚੀਜ਼ ਭੁੱਲ ਗਿਆ ਸੀ ਪਾਰੀ ਜੀ ਹੁੰਦਾ ਰ ਹੈ ਮੋਬਾਈਲ ਪਾਰੀਆਂ ਆਨਲਾਈਨ ਵੇਚ ਦੂੰਗਾ ਪੁੰਨੂ ਪੁੰਨੂ ਮੇਰੀ ਗੱਲ ਤਾਂ ਸੁਣ ਪੁੰਨੂ ਗੱਲ ਤਾਂ ਸੁਣ ਮੇਰੇ ਡੈਡ ਪੁੰਨੂ ਆਇਆ ਹਾਂ ਬੇਟੇ ਆਇਆ ਸੀ ਤੁਹਾਡੇ ਕੋਲ ਹੀ ਬੈਠਾ ਹੈ ਨਹੀਂ ਆਈ ਹਸੀ ਚਲ ਹੈ ਵੀ ਗਿਆ انسان ਆਨਲਾਈਨ ਹੋ ਗਿਆ ਹੈ ਤੇ ਇਨਸਾਨੀਅਤ ਆਫਲਾਈਨ